ਆਪਣਾ ਸਾਲੀ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਔਰਗੈਨਿਕ ਕਰਦਿਆਂ ਨੂੰ? ਆਪਾਂ ਨੂੰ 4 ਸਾਲ ਹੋ ਗਏ, 2019 ਤੋਂ ਲਾਸਟ ਤੋਂ ਲੱਗੇ ਹੋਏ, ਬਸ ਕਰੋਨਾ ਆਉਣ ਤੋਂ ਥੋੜ੍ਹੀ ਜਿਹੀ ਪਹਿਲਾਂ ਮਤਲਬ। ਅਤੇ ਚੰਗੇਰਾ ਔਰਗੈਨਿਕ ਗੂਗਲ 'ਤੇ ਵੀ ਹੋ ਜਾਏਗਾ, ਵਰਮਿਕ ਮੈਂ। ਅੱਛਾ ਠੀਕ ਹੈ ਠੀਕ ਹੈ। ਅੱਛਾ ਇਹ ਡਿਸਟ੍ਰਿਕਟ ਆਪਣਾ ਪਟਿਆਲਾ ਪੈ ਜਾਏਗਾ, ਪਿੰਡ ਚੰਗੇਰਾ, ਹੈ ਨਾ। ਅਤੇ ਦੂਜੇ ਖੇਤਾਂ 'ਚ ਦੇਖਾਂ ਨਾਲਦਿਆਂ ਦੇ ਵੀ ਇਹ ਰੀਚਾਰਜ ਹੋ ਰਿਹਾ, ਕੁਦਰਤੀ ਰੀਚਾਰਜ ਕਹਿੰਦੇ ਇਹਨੂੰ। ਆਪਾਂ ਸੜਕਾਂ ਕਿਨਾਰੇ ਤਾਂ ਦੇਖਦੇ ਕਈ ਵਾਰੀ ਇੱਦਾਂ ਪਾਣੀ, ਆਹ ਵੇਖੋ ਉੱਥੇ ਵੀ ਜ਼ਹਿਰ ਨਹੀਂ ਪੈਂਦੀ, ਸਾਰਾ ਪਾਣੀ ਥੱਲੇ ਜਾ ਰਿਹਾ। ਜੇ ਆਪਾਂ ਜ਼ਹਿਰਾਂ ਪਾਵਾਂਗੇ ਆਪਣੇ ਖੇਤਾਂ 'ਚ, ਆਹ ਵੇਖੋ ਕਿੱਡਾ ਆ ਲੈ, ਆਹ ਵੀ ਰੀਚਾਰਜ। ਆਹ ਕੋਈ ਅਸੀਂ ਬੋਰ ਥੋੜ੍ਹੀ ਕਰੇ ਹਾਂ, ਸਾਰਾ ਰੀਚਾਰਜ ਹੋ ਰਿਹਾ ਕੁਦਰਤ ਦਾ, ਆਹ ਵੇਖੋ। ਅਤੇ ਜੇ ਆਹ ਦੇਖ, ਆਹ ਵੀ ਆਹ ਸਾਰਾ ਪਾਣੀ ਰੀਚਾਰਜ, ਕਿਸੇ ਨੂੰ ਕਹਿੰਦੇ ਹੋਰ ਆਪਾਂ ਕਿਹੜਾ ਬੋਰ ਕਰਨਾ। ਆਹ ਸਾਹਮਣੇ ਖੇਤਾਂ 'ਚ ਆਹ ਵੀ ਨਾਲ ਦੇ ਖੇਤ ਆ, ਇੱਕ ਵਿੱਚ ਨੂੰ ਪਈ ਹੈ, ਇਹਦੇ 'ਚ ਦੇਖ ਲਓ ਪਰ ਅੱਜ ਹੈਰਾਨੀ ਹੋਈ ਵੇਖ ਕੇ। ਆਹ ਵੇਖੋ ਕਿਤੇ ਵੀ ਨਹੀਂ ਹੈਗੇ। ਅਤੇ ਆਹ ਵਿੱਚ ਨੂੰ ਬਟ ਖੇਤ ਤਾਂ ਉਹੀ ਹੈ, ਵਿੱਚ ਨੂੰ ਪਹੀ ਆ ਗਈ। ਇਹ ਫਿਰ ਸਾਡਾ 72 ਵੀ ਇੱਕ ਦੋ ਦਿਨ 'ਚ ਆ ਜਾਣਾ ਕਿ ਸਾਰਾ ਪਾਣੀ। ਆਹ ਵੇਖੋ ਓਕੇ ਠੀਕ ਹੈ, ਹਾਂਜੀ ਹਾਂ ਠੀਕ ਹੈ। ਆਹ ਵੇਖ ਆਹ ਤਾਂ 72 ਆ ਗਿਆ, ਬਸ ਆ ਸਾਰਾ ਰੀਚਾਰਜ ਹੋ ਰਿਹਾ। ਆਪਾਂ ਕਿਉਂ ਖੇਤਾਂ 'ਚ ਜ਼ਹਿਰ ਪਾਈਏ? ਤਜਰਬਾ ਸੀਗਾ ਬਾਈ, ਅੱਜ ਦੇਖਿਆ ਚਲੋ ਛੋਟੇ ਹੁੰਦੇ ਦੇਖਦੇ ਸੜਕਾਂ ਕਿਨਾਰੇ ਵੀ ਏਦਾਂ ਹੁੰਦਾ, ਪਹਿਲੀ ਵਾਰ ਦੇਖ ਰਹੇ। ਇਹਨੂੰ ਕਹਿੰਦੇ ਰੀਚਾਰਜ, ਪਾਣੀ ਧਰਤੀ 'ਚ ਜਾ ਰਿਹਾ, ਬਹੁਤ ਵਧੀਆ ਲੱਗਿਆ।